ਦੌਰਾਨ ਹੰਸਰਾਜ ਹਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ। ਗ੍ਰਿਫਤਾਰੀ ਦੀ ਤਲਵਾਰ ਲਟਕੀ ਪਰ ਉਸ ਤਲਵਾਰ ਨੂੰ ਮੁੜ ਤੋਂ ਮਿਆਂ ਦੇ ਵਿੱਚ ਪਾਣਾ ਪਿਆ ਕਿਉਂਕਿ ਐਲਾਨ ਕਰ ਦਿੱਤਾ ਗਿਆ ਸੀਗਾ ਕਿਸਾਨ ਆਗੂ ਵੱਲੋਂ ਕਿ ਤਗੜਾ ਸੰਘਰਸ਼ ਕੀਤਾ ਜਾਵੇਗਾ ਜੇਕਰ ਇਹ ਪਰਚੇ ਰੱਦ ਨਹੀਂ ਹੁੰਦੇ। ਗ੍ਰਿਫਤਾਰੀ ਦੀ ਗੱਲ ਕਹੀ ਗਈ ਕਿ ਗ੍ਰਿਫਤਾਰ ਕਰਕੇ ਇਹਨਾਂ ਨੂੰ ਪੇਸ਼ ਕੀਤਾ ਜਾਵੇ ਪਰ तमाम ਚੀਜ਼ਾਂ ਤੋਂ ਪ੍ਰਸ਼ਾਸਨ ਜਿਹੜਾ ਹੈਗਾ ਯੂ ਟਰਨ ਲੈਂਦਾ ਦਿਖਾਈ ਦਿੱਤਾ ਹੈ। ਇਸ ਵਕ ਸਾਡੇ ਨਾਲ ਨੋਨਿਹਾਲ ਸਿੰਘ ਮੌਜੂਦ ਨੇ। ਜੋ ਕਿ ਸਾਥੀ ਵੀ ਨੇ ਰਜਿੰਦਰ ਸਿੰਘ ਦੇ ਇਹਨਾਂ ਦੋਨਾਂ ਦੀ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਗ੍ਰਿਫਤਾਰੀ ਦੀ ਗੱਲ ਇਹਨਾਂ ਦੇ ਵਾਸਤੇ ਆਈ ਸੀਗੀ। ਨੋਨਿਹਾਲ ਜੀ ਮਾਮਲਾ ਸ਼ੁਰੂ ਕਿਵੇਂ ਹੁੰਦਾ ਹੈ ਤੁਸੀਂ ਵਿਰੋਧ ਕਰ ਰਹੇ ਸੀ ਹੰਸਲਾ ਹੱਸਦਾ ਕਿਵੇਂ ਇਹ ਪਤਾ ਲੱਗਿਆ ਸੀ ਪਰਚਾ ਦਰਜ ਹੋਇਆ ਕੁਝ ਇਹੋ ਜਿਹਾ ਕੁਝ ਹੋਇਆ ਤੁਹਾਡੇ ਦੇਖੋ ਜਦੋਂ ਅਸੀਂ ਭਾਜੀਪੀ ਦਾ ਲਗਾਤਾਰ ਵਿਰੋਧ ਕਰ ਰਹੇ ਸੀ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀਗਾ ਤੇ ਅਸੀਂ ਨੌਜਵਾਨ ਭਾਰ ਸਭਾ ਤੇ ਕੀਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਡਟ ਕੇ ਵਿਰੋਧ ਕੀਤਾ ਹੈ ਹੰਸਰਾਜ ਹੱਸਦਾ ਫਰੀਦਕੋਟ ਦੇ ਵਿੱਚ ਉਸ ਦੇ ਦੌਰਾਨ ਵੀ ਜਿਹੜਾ ਸਾਨੂੰ ਪੁਲਿਸ ਨੇ ਫੜ ਕੇ ਜਿਹੜਾ ਜੇਲ੍ਹ ਭੇਜਦਾ ਸੀਗਾ ਉਦੋਂ ਵੀ ਸੰਘਰਸ਼ ਦਾ ਦਬਾਅ ਪਿਆ 2 ਦਿਨ ਦੇ ਵਿੱਚ ਸਾਨੂੰ ਜਿਹੜਾ ਰਿਹਾ ਕਰਤਾ ਤੇ ਹੁਣ ਜੋ ਕਹਾਣੀ ਇਹਨਾਂ ਨੇ ਮੜੀ ਸੀਗੀ ਉਹ ਕੁਝ ਤਾਂ ਚਲੋ ਬੀਜੇਪੀ ਦਾ ਪੰਜਾਬ ਦੇ ਉੱਪਰ ਜਿਹੜਾ ਲਗਾਤਾਰ ਉਹ ਦਬਾਅ ਬਣਾ ਰਹੇ ਆ ਉਹਦਾ ਕਾਰਨ ਸੀਗਾ ਤੇ ਕੁਸ਼ਕ ਜਿਹੜਾ ਪੰਜਾਬ ਸਰਕਾਰ ਜਿਹੜੀ ਜਿਹੜੀ ਡਗ ਮੰਗਾਈ ਹੋਈ ਆ ਲਗਾਤਾਰ ਤੇ ਜਿਹੜੇ ਉਹ ਕਹਿੰਦੇ ਕਿ ਅਸੀਂ ਬਦਲਾ ਕਰਨਾ ਤੇ ਉਹਨਾਂ ਦਾ ਬਦਲਾ ਇਸੇ ਤਰ੍ਹਾਂ ਬੰਦ ਲਿਆ ਫਿਰਦਾ ਕਦੀ ਉਹ ਕਿਸੇ ਚੀਜ਼ ਨੂੰ ਲਾਗੂ ਕਰ ਦਿੰਦੇ ਤੇ ਬਾਅਦ ਦੇ ਵਿੱਚ ਰੱਦ ਵੀ ਕਰਦੇ ਆ ਉਸੇ ਤਰ੍ਹਾਂ ਹੀ ਇਸ ਵਾਰ ਵੀ ਹੋਇਆ ਕਿ ਜਦੋਂ ਸਾਡੇ ਰੈਸਟੋਰੈਂਟ ਕੱਢਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਤੇ ਮੇਰੇ ਸਾਡੇ ਦੋਨਾਂ ਦੇ ਤੇ ਮੈਨੂੰ ਵਟਸਐਪ ਕੀਤੇ ਜਾਂਦੇ ਆ ਰੈਸਟੋਰੈਂਟ ਵਟਸਐਪ ਕਰਕੇ ਕਿਹਾ ਜਾਂਦਾ ਵੀ ਰਜਿੰਦਰ ਸਿੰਘ ਨੂੰ ਵੀ ਤੁਸੀਂ ਦੱਸ ਦਿਆ ਜੀ ਤੇ ਉਸ ਦੇ ਦੌਰਾਨ ਹੀ ਜਿਹੜਾ ਅਸੀਂ ਸਾਡੀ ਸੂਬਾ ਕਮੇਟੀ ਨੇ ਨੌਜਵਨ ਪਾਰਸਵਾਦੀ ਨੇ ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਨੇ ਐਲਾਨ ਕੀਤਾ ਕਿ ਜਿਹੜੇ ਸਾਡੇ ਸਾਥੀ ਆ ਉਹ ਪੇਸ਼ ਨਹੀਂ ਹੋਣਗੇ ਵੀ ਅਸੀਂ ਇਸ ਤੇ ਜਿਹੜਾ ਸੰਘਰਸ਼ ਕਰਾਂਗੇ ਤੇ ਸੰਘਰਸ਼ ਦੇ ਦਬਾਅ ਕਰਕੇ ਸੰਘਰਸ਼ ਦੇ ਡਰ ਕਰਕੇ ਜਿਹੜਾ ਇਹਨਾਂ ਨੇ ਫੇਰ ਤੋਂ ਜਿਹੜਾ ਉਹ ਥੁੱਕ ਕੇ ਛੱਟਿਆ ਜਿਹੜੇ ਰੈਸਟੋਰੈਂਟ ਜਿਸ ਤਰ੍ਹਾਂ ਕੱਢੇ ਸੀਗੇ ਉਸੇ ਤਰ੍ਹਾਂ ਹੀ ਜਿਹੜੇ ਉਹ ਰੱਦ ਕਰਨੇ ਪਏ ਇਹਨਾਂ ਨੂੰ ਅੱਛਾ ਜਿਹੜੇ ਰੈਸਟੋਰੈਂਟ ਕੱਢੇ ਉਹਨਾਂ ਵਿੱਚ ਕੀ ਕਾਰਨ ਦੱਸਿਆ ਗਿਆ ਸੀਗਾ ਕਿਸਾਨਾਂ ਦੇ ਅੰਦੋਲਨ ਨਾਲ ਸੀਗਾ ਜਾਂ ਕੁਝ ਹੋਰ ਸੀਗਾ ਨੇ ਸਾਨੂੰ ਕਾਰਨ ਕੋਈ ਨਹੀਂ ਦੱਸਿਆ ਜੀ ਸਾਨੂੰ ਸਿਰਫ ਤੋਂ ਸਿਰਫ ਨਾ ਤਾਂ ਉਸ ਤੋਂ ਪਹਿਲਾਂ ਕੋਈ ਸਾਨੂੰ ਦੱਸਿਆ ਗਿਆ ਵੀ ਤੁਹਾਡੇ ਖਿਲਾਫ ਆ ਇਸ ਤਰ੍ਹਾਂ ਦਾ ਕੇਸ ਆ ਜਾਂ ਕੀ ਆ ਸਾਨੂੰ ਸਿੱਧਾ ਜਿਹੜੇ ਰੈਸਟ ਵਾਰੰਟੀ ਉਹ ਵਟਸਐਪ ਭੇਜੇ ਸੀਗੇ ਹੋਰ ਇਸ ਤੋਂ ਪਹਿਲਾਂ ਕੋਈ ਜਾਣਕਾਰੀ ਨਹੀਂ ਸਾਨੂੰ ਦਿੱਤੀ ਗਈ ਹੁਣ ਪਤਾ ਲੱਗਿਆ ਕਿਉਂ ਸੀ ਗਿਆ ਰੈਸਟੋਰੈਂਟ ਉਹ ਇਹੀ ਕਹਿ ਰਿਹਾ ਕਿ ਸਾਡੇ ਤੋਂ ਚੋਣਾਂ ਦੇ ਦੌਰਾਨ ਜੋ ਹੋਇਆ ਸੀਗਾ ਇਹੀ ਸੀਗਾ ਭਲੇਖੇ ਨਾ ਕੱਢੇ ਗਏ ਹੁਣ ਉਹਦੀਆਂ ਗੱਲਾਂ ਟਾਲਨ ਤੇ ਹੋਏ ਹੋਏ ਆ ਠੀਕ ਆ ਅਸਲ ਕਾਰਨ ਜਿਹੜੇ ਸਾਨੂੰ ਤਿੰਨ ਚਾਰ ਲੱਗਦੇ ਆ ਜੀ ਉਹਦੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਨੌਜਵਾਨ ਭਾਰ ਸਭਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬੋਲ ਰਹੇ ਆ 77 ਕਿਲੋ ਹੈਰਵਨ ਦੇ ਦੋਚੀ ਜਿਹੜੇ ਉਹ ਸਾਲ ਤੋਂ ਜਿਹੜੇ ਬਾਹਰ ਘੁੰਮਦੇ ਫਿਰਦੇ ਸੀਗੇ ਅਸੀਂ ਵਾਰ-ਵਾਰ ਮੰਗ ਕਰ ਰਹੇ ਸੀ ਕਿ 77 ਕਿਲੋ ਹੈਰਵਨ ਦੇ ਜਿਹੜੇ ਦੋਚੀ ਆ ਜਿਹੜੇ ਬਾਹਰ ਘੁੰਮਦੇ ਫਿਰਦੇ ਆ ਇਹਨਾਂ ਨੂੰ ਪੁਲਿਸ ਅਰੈਸਟ ਕਰੇ ਤੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕਰੇ ਤੇ ਪਤਾ ਕਰੇ ਪੁਲਿਸ ਕਿ ਇਹਨਾਂ ਦੇ ਮਗਰ ਵੱਡੇ ਮਗਰਮਛ ਕਿਹੜੇ ਆ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਉਲਟਾ ਨਸ਼ਾ ਤਸਕਰਾਂ ਨੂੰ ਕਹਿੰਦੇ ਰਹੇ ਕਿ ਆਹ ਬੰਦੇ ਢੋਡੇ ਖਿਲਾਫ ਬੋਲਦੇ ਆ ਉਹ ਸਾਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਨਜਾਇਜ਼ ਹਸਲਾ ਲੈ ਲੈ ਕੇ ਉਹਨਾਂ ਨੇ ਸਾਡਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਦੋਂ ਅਸੀਂ ਨੌਜਵਾਨ ਭਾਰਤ ਸਭਾ ਦੀ ਸੂਬਾ ਕਮੇਟੀ ਨੇ ਮੀਟਿੰਗ ਕਰਕੇ ਤੈਅ ਕਰ ਲਿਆ ਕਿ ਅਸੀਂ 23 ਤਰੀਕ ਨੂੰ ਜਿਹੜਾ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਾਂਗੇ ਤੇ ਐਸਐਸਪੀ ਦਫ਼ਤਰ ਜਿਹੜਾ ਉਹਦਾ ਘਰਾਉ ਕਰਾਂਗੇ ਤੇ ਉਸ ਦੇ ਦਬਾਅ ਸਦਕਾ ਜਿਹੜਾ ਇਹਨਾਂ ਨੇ ਉਹਨਾਂ ਦੋਛੀਆਂ ਨੂੰ ਤਾਂ ਫੱਲਿਆ ਪਰ ਉਹਨਾਂ ਤੋਂ ਇਹ ਪਤਾ ਨਹੀਂ ਲਵਾਇਆ ਕਿ ਨਸ਼ਾ ਤੁਸੀਂ ਤੁਹਾਡੇ ਲਿੰਕ ਕਿਨੇ ਕਰਵਾਏ ਉਧਰ ਤੁਸੀਂ ਕਿਵੇਂ ਲੈ ਕੇ ਆਉਂਦੇ ਸੀ ਜਾਂ ਉਹਨਾਂ ਕੋਲੇ ਜੋ ਨਜਾਇਜ਼ ਅਸਲਾ ਸੀ ਉਹ ਕੁਝ ਨਹੀਂ ਪੁੱਛਿਆ ਦੱਸੀ ਕੀਤੀ ਸਿਰਫ ਖਾਨਾ ਪੂਰਤੀ ਕੀਤੀ ਉਹਨਾਂ ਨੂੰ ਫੜਿਆ ਤੇ ਜੇਲ੍ਹ ਭੇਜਤਾ ਠੀਕ ਆ ਇੱਕ ਤਾਂ ਇਹ ਕਾਰਨ ਸੀਗਾ ਪੁਲਿਸ ਨੂੰ ਲੱਗਦਾ ਸੀ ਕਿ ਸਾਡੇ ਤੇ ਦਬਾਅ ਪਾ ਕੇ ਇਹਨਾਂ ਨੇ ਜਿਹੜੇ ਇਹ ਨਸ਼ਾ ਤਸਕਰ ਫੜਾਏ ਆ ਵੀ ਪੁਲਿਸ ਤਾਂ ਫੜਨਾ ਨਹੀਂ ਚਾਹੁੰਦੀ ਸੀ ਕਿਉਂਕਿ ਉਹਨਾਂ ਨੂੰ ਮੋٹے ਪੈਸੇ ਮਿਲਦੇ ਆ ਇਹ ਉਹੀ ਬੰਦੇ ਜਿਹਨੇ ਤੁਹਾਡੇ ਖਿਲਾਫ ਵੀ ਕੰਪਲੀਟ ਕੀਤੀ ਸੀ ਬਿਲਕੁਲ ਜੀ ਬਿਲਕੁਲ ਉਹੀ ਆ ਜੀ ਤੇ ਇਸੇ ਦੇ ਵਿੱਚ ਹੀ ਜਿਹੜੇ ਪਰੀਤਕੋਟ ਦਾ ਗੁਰਦੇਸ ਸਿੰਘ ਸੇਖੋ ਐਮਐਲਏ ਆ ਉਹਨਾਂ ਨੇ ਜਦੋਂ ਸਰਕਾਰ ਦੇ ਵਿੱਚ ਨਹੀਂ ਸੀਗੇ ਤੇ ਉਦੋਂ ਧਰਨੇ ਲਾਉਂਦੇ ਰਹੇ ਕਿ ਅਸੀਂ 슈ਗਰ ਮਿਲ ਨਹੀਂ ਜਾਣ ਦੇਣੀ 슈ਗਰ ਮਿਲ ਪੁਰਾਣੀ ਸਰਕਾਰ ਜਿਹੜੀ ਉਹ ਖਤਮ ਕਰ ਰਹੀ ਆ ਉਹਨੂੰ ਪੱਟ ਰਹੀ ਆ ਉਹਦਾ ਸਮਾਨ ਤੇ ਉੱਥੇ ਹੁੰਦਾ ਕੀ ਆ ਜਦੋਂ ਕਿ ਕਿਟੀਲੋ ਵਰਗੇ ਜੂਸ ਦੇ ਗਲਾਸ ਪਿਆ ਦਿੰਦੇ ਆ ਤੇ ਰੇਤਾ ਦਾ ਖੱਡਾ ਦੇ ਦਿੰਦੇ ਆ ਉਦੋਂ 슈ਗਰ ਮਿਲ ਦਾ ਚੇਤਾ ਵੀ ਭੁੱਲ ਜਾਂਦਾ ਇਸੇ ਤਰ੍ਹਾਂ ਬੀਐਸਸੀ ਐਗਰੀਕਲਚਰ ਦਾ ਜਿਹੜਾ ਉਹ ਕੋਰਸ ਬੰਦ ਕੀਤਾ ਉਹਨੂੰ ਪ੍ਰਾਈਵੇਟ ਤੌਰ ਤੇ ਕਰਨ ਜਾ ਰਹੇ ਆ ਪ੍ਰਿੰਸੀਪਲਾਂ ਦੇ ਹੱਥਾਂ ਦੇ ਵਿੱਚ ਕੱਲਾ ਦਿੱਤਾ ਜਾ ਰਿਹਾ ਤੇ ਉਹਦੇ ਤੇ ਅਸੀਂ ਜਿਹੜਾ ਪ੍ਰਦਰਸ਼ਨ ਕੀਤਾ ਅਸੀਂ ਗੁਰਦੇਵ ਸਿੰਘ ਸਿੱਖੋਂ ਦਾ ਘਰ ਘੇਰਿਆ ਸੀਗਾ ਇਹ ਸਾਰੀ ਉਸੇ ਖੇਜ ਦੇ ਵਿੱਚੋਂ ਜਿਹੜੇ ਸਾਡੇ ਵਾਰੰਟਾ ਉਹ ਨਿਕਲੇ ਸੀਗੇ ਐਸੀ ਮਤਲਬ ਇਹਨਾਂ ਦੋਨੋਂ ਨੂੰ ਪਾਸੇ ਹੋ ਜਾਣਗੇ ਤਾਂ ਰਸਤਾ ਸਾਹਮਣੇ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਲੱਗ ਰਿਹਾ ਕਿ ਲਗਾਤਾਰ ਇਹ ਨਸ਼ਿਆਂ ਦੇ ਖਿਲਾਫ ਜਾਂ ਸਮਾਜ ਦੇ ਵਿੱਚ ਜੋ ਗਲਤ ਵਾਪਰਦਾ ਵੀ ਉਹਦੇ ਖਿਲਾਫ ਬੋਲਦੇ ਆ ਤੇ ਹੋਵੇ ਨਾ ਤੇ ਇਹਨਾਂ ਨੂੰ ਦੋਨਾਂ ਆਗੂਆਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਸੱਟ ਕੇ ਆਗੂ ਰਹਿਤ ਕਰਕੇ ਤੇ ਜਿਹੜਾ ਸ਼ਾਇਦ ਲੋਕ ਬੋਲ ਨੂੰ ਹਟ ਜਾਣਗੇ ਪਰ ਉਹ ਇਹਨਾਂ ਦਾ ਭਲੇਖਾ ਸੀਗਾ ਲੋਕਾਂ ਨੇ ਇਹਨਾਂ ਦਾ ਭਲੇਖਾ ਕੱਢਿਆ ਖਾਸ ਤੌਰ ਤੇ ਮੀਡੀਆ ਨੇ ਜਿਹੜਾ ਵੀ ਖਬਰਾਂ ਚਲਾ ਕੇ ਇਹਨਾਂ ਦਾ ਜਲੂਸ ਕੱਢਿਆ ਤੇ ਫਿਰ ਇਹਨਾਂ ਨੂੰ ਐ ਲੱਗਦਾ ਸੀ ਕਿ ਜੇ ਹੁਣ ਸਾਡੇ ਬਾਰ ਚ ਬੈਗੇ ਤੇ ਸਾਡਾ ਜਲੂਸ ਆ ਜਿਹੜਾ ਹੋਰ ਵੀ ਨਿਕਲੂਗਾ ਉਸੇ ਜਲੂਸ ਨਿਕਲਣ ਦੇ ਡਰ ਤੋਂ ਇਹਨਾਂ ਨੇ ਜਿਹੜਾ ਉਹ ਜਿਹੜੇ ਰੈਸਟ ਵਾਰੈਂਟਾ ਉਹ ਐਸ ਡੀ ਐਮ ਨੇ ਰੱਦ ਕੀਤੇ ਆ ਜਿਹੜੀ ਜਿਹੜੀ ਐਸ ਡੀ ਐਮ ਵਾਲੀ ਜੋ ਹੁਣ ਗੱਲ ਸਾਹਮਣੇ ਆ ਰਹੀ ਹੈ ਉਹਨਾਂ ਨੇ ਕਿਹਾ ਤੇ ਇਸ ਗੱਲ ਤੇ ਜਿਹੜੇ ਰੱਦ ਕੀਤੇ ਜਾ ਰਹੇ ਨੇ ਐਕਚੁਅਲ ਕਾਰਨ ਇਹ ਹੋ ਸਕਦਾ ਤੁਹਾਨੂੰ ਲੱਗਦਾ ਹੈ ਦੇਖੋ ਜੀ ਜਦੋਂ ਵਾਰੰਟ ਕੱਢੇ ਗਏ ਆ ਤੇ ਉਹ ਵੀ ਤਾਂ ਕਿਸੇ ਦੇ ਕਹਿਣ ਤੇ ਹੀ ਕੱਢੇ ਸੀਗੇ ਜੀ ਜੇ ਅਸੀਂ ਪਹਿਲਾਂ ਸਾਨੂੰ ਪੁਲਿਸ ਨੂੰ ਲੱਗਦਾ ਸੀ ਕਿ ਇਹ ਬੰਦੇ ਦੋਚੀ ਆ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੇ ਆ ਕਿ ਪੁਲਿਸ ਨੂੰ ਸਾਡੇ ਤੇ ਕਿਉਂ ਖੇਜਾ ਪੁਲਿਸ ਨੂੰ ਸਾਡੇ ਤੇ ਇਸੇ ਕਰਕੇ ਖੇਜਾ ਕਿ ਜੋ ਉਹ ਕਿਸੇ ਤੋਂ ਪੈਸਾ ਢੇਲਾ ਲੈਂਦੇ ਆ ਕਿਸੇ ਗਰੀਬ ਦੀ ਗੱਲ ਨਹੀਂ ਸੁਣਦੇ ਜਾਂ ਕਿਸੇ ਨਾਲ ਧੱਕਾ ਕਰਦੇ ਆ ਜ਼ਬਰਦਸਤੀ ਕਰਦੇ ਤੇ ਅਸੀਂ ਉਹਦੇ ਖਿਲਾਫ ਬੋਲਦੇ ਆ ਪੁਲਿਸ ਨੂੰ ਸਾਡੇ ਤੇ ਇਸ ਕਰਕੇ ਖੇਜਾ ਤੇ ਐਸ ਡੀਐਮ ਨੇ ਵੀ ਪ੍ਰੈਸ਼ਰ ਹੇਠ ਹੀ ਜਿਹੜੇ ਸਾਡੇ ਰੈਸਟ ਵਾਰੰਟ ਕੱਢੇ ਸੀਗੇ ਹੁਣ ਉਹ ਗੱਲਾਂ ਟਾਲਣ ਵਾਸਤੇ ਕੁਝ ਵੀ ਕਹਿ ਸਕਦੇ ਆ ਅੱਛਾ ਹੁਣ ਅਗਲੇ ਜਿਹੜੇ ਤਮਾਮ ਮੁੱਦੇ ਤੁਸੀਂ ਚੱਕਦੇ ਸੀਗੇ ਤੁਹਾਡਾ ਹੁਣ ਨਵਾਂ ਮੁੱਦਾ ਕਿ ਅਸੀਂ ਗ੍ਰਿਫਤਾਰੀ ਵਾਲਾ ਹੁਣ ਜਿਹੜੇ ਪਿਛਲੇ ਮੁੱਦੇ ਚੱਲ ਰਹੇ ਨੇ ਕੀ ਉਹ ਇੱਕ ਵਾਰ ਉਹਨਾਂ ਵਾਸਤੇ ਸੰਘਰਸ਼ ਰੁਕੂਗਾ ਜਾਂ ਫਿਰ ਸੰਘਰਸ਼ ਚੱਲਦਾ ਰਹੂਗਾ ਕੋਈ ਫਰਕ ਨਹੀਂ ਪੈਂਦਾ ਨਹੀਂ ਜੀ ਜੇ ਸਾਨੂੰ ਗ੍ਰਿਫਤਾਰ ਵੀ ਕਰ ਲੈਂਦੇ ਸਾਡਾ ਸੰਘਰਸ਼ ਤਾਂ ਉਸੇ ਤਰ੍ਹਾਂ ਹੀ ਚੱਲਣਾ ਸੀ ਨਾ ਅਸੀਂ ਇਹਨਾਂ ਦੇ ਜਿਹੜੀਆਂ ਇਹ ਧਮਕੀਆਂ ਤੋਂ ਅੱਜ ਡਰਨ ਵਾਲੇ ਆ ਇਹ ਜਿਹੇ ਵਾਰੰਟਾਂ ਵਾਰੰਟਾਂ ਨੂੰ ਅਸੀਂ ਠ ਤਾਂ ਹੀ ਅਸੀਂ ਕਹਿਤਾ ਸੀ ਕਿ ਤੁਸੀਂ ਜੋ ਕਰਨਾ ਕਰ ਲੋ ਅਸੀਂ ਨਾ ਅੱਜ ਪੇਸ਼ ਹੋਣਾ ਨਾ ਹੋਣਾ ਕੱਲ ਇਹਨਾਂ ਨੇ ਸਾਨੂੰ ਜੇਲ੍ਹ 'ਚ ਸਿੱਟ ਕੇ ਵੀ ਦੇਖ ਲਿਆ ਸੀ ਅਸੀਂ ਜਦੋਂ ਜੇਲ੍ਹ 'ਚੋਂ ਬਾਹਰ ਆ ਗਏ ਸੀ ਉਦੋਂ ਦੁੱਗਣਾ ਵਿਰੋਧ ਜਿਹੜਾ ਹੰਸਰਾਜ ਦਾ ਕੀਤਾ ਸੀ ਪਿੰਡਾਂ 'ਚ ਰੇਸ ਲਵਾਈ ਸੀ ਉਹਦੀ ਇਸੇ ਜਿਹੜੀ ਤੈਸ਼ ਦੇ ਵਿੱਚ ਸਾਡੇ ਵਾਰ-ਵਾਰ ਵਾਰੰਟ ਕੱਢ ਰਹੇ ਸੀਗੇ ਉਦੋਂ 2-3 ਜ਼ਿਲ੍ਹਿਆਂ ਦੀ ਪੁਲਿਸ ਨੇ ਵੀ ਕੋਸ਼ਿਸ਼ਾਂ ਕੀਤੀਆਂ ਸੀ ਵੀ ਅਸੀਂ ਹੰਸਰਾਜ ਦੀਆਂ ਰੈਲੀਆਂ ਕਰਾਈਏ ਪਰ ਅਸੀਂ ਜਿਹੜੇ ਪਿੰਡ ਵੀ ਆਉਂਦਾ ਸੀ ਉਹਦੀ ਰੇਸ ਲਵਾਉਂਦੇ ਰਹੇ ਆ ਉਹਨੂੰ ਜਿਹੜਾ ਉਥੋਂ ਭਜਾਉਂਦੇ ਰਹੇ ਆ ਤੇ ਅੱਗੇ ਵੀ ਜਿਹੜੀ ਬੀਜੇਪੀ ਪੰਜਾਬ ਦੇ ਵਿੱਚ ਗੁੰਡਾਗਰਦੀ ਵਾਲਾ ਮਾਹੌਲ ਬਣਾ ਰਹੀ ਆ ਤੇ ਅਸੀਂ ਲਗਾਤਾਰ ਜਿਹੜਾ ਗਲਤ ਦਾ ਵਿਰੋਧ ਉਹ ਕਰਾਂਗੇ ਪੁਲਿਸ ਨੇ ਜਾਂ ਐਸਡੀਐਮ ਜੇ ਜਾਂ ਉਦੋਂ ਜਿਹੜਾ ਉੱਤੇ ਵੀ ਕੋਈ ਹੈਗਾ ਜੋ ਉਹਨੇ ਕਰਨਾ ਕਰ ਲੇ ਅਸੀਂ ਨਾ ਵਿਰੋਧ ਕਰਨੋਂ ਜਿਹੜਾ ਗਲਤ ਸਮਾਜ ਦੇ ਵਿੱਚ ਗਲਤ ਅੰਸਰ ਆ ਉਹਨਾਂ ਦਾ ਵਿਰੋਧ ਕਰਨੋਂ ਨਾ ਅੱਜ हट ਕੇ ਨਾ ਹਟিয়ে ਕੱਲ ਠੀਕ ਹੈ ਥੈਂਕ ਯੂ ਵੈਰੀ ਮਚ ਤਾਂ ਨੋਨੇਹਾਲ ਸਿੰਘ ਸਾਡੇ ਨਾਲ ਮੌਜੂਦ ਸੀਗੇ ਤਾਂ ਇਹਨਾਂ ਨੇ ਸਿੱਧੀ ਉਹ ਹੀ ਗੱਲ ਕੀਤੀ ਹੈ ਕਿ ਜਿਹੜੀਆਂ ਗਲਤ ਗੱਲਾਂ ਨੇ ਜਾਂ ਜੋ ਨਾਜਾਇਜ਼ ਚੀਜ਼ਾਂ ਨੇ ਉਹਨਾਂ ਦੇ ਖਿਲਾਫ ਜੋ ਆਵਾਜ਼ ਚੱਕਦੇ ਨੇ ਉਹ ਲਗਾਤਾਰ ਚੱਕਦੇ ਰਹਿਣਗੇ ਚਾਹੇ ਇਹਨਾਂ ਤੇ ਕੋਈ ਵੀ ਕਾਰਵਾਈ ਕਿਉਂ ਨਾ ਹੁੰਦੀ ਹੋਏ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਜੋ ਗ੍ਰਿਫਤਾਰੀ ਵਾਰਡ ਜਾਰੀ ਹੋਏ ਸੀਗੇ ਉਹ ਐਸਡੀਐਮ ਵੱਲੋਂ ਰੱਦ ਕਰ ਦਿੱਤੇ ਗਏ ਨੇ ਫਿਲਹਾਲ ਵੇਖਦੇ ਹਾਂ ਕਿ ਅਗਲੀ ਤਸਵੀਰ ਕਿਸ ਤਰੀਕੇ ਨਾਲ ਕੇ ਸਾਹਮਣੇ ਆਉਂਦੀ ਹੈ ਫਰੀਦਕੋਟ ਤੋਂ ਕੈਮਰਾ ਪਸੰਦ ਮਰਪਾਲ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par